ਮੈਂ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਹੈ ਉਹ ਇਹ ਗੱਲ ਕਹਿੰਦੇ ਹਨ ਕਿ ਪਾਦਰੀ ਸਾਹਿਬ ਅਸੀਂ ਅੱਗੇ ਨੂੰ ਜਾਂਦੇ ਹਾਂ ਪਰ ਅਸੀਂ ਜਾਂਦੇ ਪਿੱਛੇ ਨੂੰ ਆ ਅਸੀਂ ਜਿਸ ਵੀ ਚੀਜ਼ ਨੂੰ ਹੱਥ ਪਾਉਂਦੇ ਹਾਂ ਉਹ ਸੋਨੇ ਦੀ ਹੁੰਦੀ ਹੈ ਪਰ ਮਿੱਟੀ ਬਣ ਜਾਂਦੀ ਹੈ ਸਾਡੇ ਵਾਸਤੇ ਕੁਛ ਉਪਾਅ ਕਰੋ ਪਾਦਰੀ ਸਾਹਿਬ ਸਾਨੂੰ ਦੱਸੋ ਅਸੀਂ ਕੀ ਕਰੀਏ ਪਰਮੇਸ਼ਵਰ ਦਾ ਵਚਨ ਸਾਨੂੰ ਅੱਜ ਦੱਸ ਰਿਹਾ ਹੈ ਵੀ ਤੁਸੀਂ ਕੀ ਕਰਨਾ ਹੈ ਪਰਮੇਸ਼ਵਰ ਦਾ ਡਰ ਆਪਣੇ ਮਨਾਂ ਦੇ ਵਿੱਚ ਰੱਖਣਾ ਹੈ ਪਰਮੇਸ਼ਵਰ ਦਾ ਭੈ ਤੁਹਾਡੇ ਦਿਲ ਵਿੱਚ ਹੋਣਾ ਚਾਹੀਦਾ ਹੈ ਪਰ ਅੱਜ ਲੋਕ 10 ਸਾਲ ਦੇ ਬੱਚੇ ਤੋਂ ਤਾਂ ਡਰਦੇ ਹਨ ਅਤੇ 10 ਸਾਲ ਦੇ ਬੱਚੇ ਦੇ ਸਾਹਮਣੇ ਕੋਈ ਵੀ ਤਾਂ ਦੀ ਗਲਤੀ ਨਹੀਂ ਕਰਦੇ ਜਿਹੜਾ ਉਹ ਘਰ ਜਾ ਕੇ ਦੱਸੇ ਪਰ ਉਹ ਪਰਮੇਸ਼ਵਰ ਤੋਂ ਕਦੇ ਨਹੀਂ ਡਰਦੇ